ਸੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ ਦੋਸਤੋ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਤੁਹਾਨੂੰ ਐਮਸੀਕਿਊ ਦੀ ਸੀਰੀਜ਼ ਸਟਾਰਟ ਕਰਵਾਈ ਸੀ ਉਸ ਵਿੱਚ ਤੁਹਾਨੂੰ ਮੈਂ ਸਟੋਨ ਏਜ ਬਾਰੇ ਦੱਸ ਦਿੱਤਾ ਸੀ ਤਾਂ ਅੱਜ ਦੀ ਜੋ ਵੀਡੀਓ ਹੈ ਇਹ ਇਕਨੋਮਿਕਸ ਦਾ ਐਮਸੀਕਿਊ ਹੈ ਉਸ ਦਾ ਸੈੱਟ ਹੈ ਅਤੇ ਤੁਸੀਂ ਇਹ ਸੈੱਟ ਨੂੰ ਲਗਾ ਸਕਦੇ ਹੋ ਜੇਕਰ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਇਸ ਦਾ ਲਿੰਕ ਦਿੱਤਾ ਜਾਵੇਗਾ ਅਤੇ ਤੁਸੀਂ ਉਸ ਉੱਪਰ ਕਲਿੱਕ ਕਰਨਾ ਹੈ ਤੇ ਉਸ ਵਿੱਚ ਪਹਿਲਾਂ ਨੇਮ ਐਂਟਰ ਕਰਨਾ ਹੈ ਮੋਬਾਈਲ ਨੰਬਰ ਅਤੇ ਡਿਸਟ੍ਰਿਕਟ ਜਿਸ ਡਿਸਟ੍ਰਿਕਟ ਨੂੰ ਤੁਸੀਂ ਬਿਲੋਂਗ ਕਰਦੇ ਹੋ ਉਹ ਕਰਕੇ ਫਿਰ ਨੈਕਸਟ ਕਰ ਦੇਣਾ ਹੈ ਤੇ ਤੁਹਾਡਾ ਜੋ ਆਨਲਾਈਨ ਸੈੱਟ ਹੋਵੇਗਾ ਸਟਾਰਟ ਹੋ ਜਾਵੇਗਾ ਅਤੇ ਤੁਸੀਂ ਟਾਈਮਰ ਲਾ ਕੇ ਇਸ ਨੂੰ ਲਗਾਉਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਟਾਈਮਰ ਦੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਕਿੰਨਾ ਟਾਈਮ ਲੈਣੇ ਹੋ ਇਸ ਨੂੰ ਲਗਾਉਣ ਲਈ ਅਤੇ ਜੇਕਰ ਤੁਸੀਂ ਇੱਕ ਵਾਰ ਸੈਟ ਲਗਾ ਲਿਆ ਤਾਂ ਉਸ ਤੋਂ ਘੰਟਾ ਜਾਂ 2 ਘੰਟੇ ਬਾਅਦ ਇਸ ਨੂੰ ਲਗਾਉਣਾ ਹੈ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਨੂੰ ਇਹਨਾਂ ਕੁਸ਼ਨਾ ਬਾਰੇ ਪਤਾ ਡਾਗ ਗਿਆ ਹੈ ਕਿ ਨਹੀਂ ਕਿਉਂਕਿ ਇਹ ਸਾਰੇ ਪ੍ਰੀਵੀਅਸ ਈਅਰ ਐਗਜ਼ਾਮ ਵਿੱਚ ਆਏ ਹੋਏ ਹਨ ਤਾਂ ਦੋਸਤੋ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ सब तो पहला जिस तरह के तो मैं दस्या है कि आप नाम एंटर करना है तो नेम एंटर कर लिया इस तो अगर मोबाइल नंबर आप करें एंटर हाँ जी इस तो अगे डिस्टिक डिस्ट्रिक्ट तो बाद आप नैक्सट करा नैक्सट कर तो न्यू इंटरफेस होगा जो अपने सामने खुल जाएगा ऑनलाइन क्विज होवेगी जो इकोनमिक्स की होगी ਅਤੇ ਇਸ ਵਿੱਚ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਅਰਥ ਸ਼ਾਸਤਰ ਦੇ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਇਹ ਤੁਸੀਂ ਜੋ ਪਹਿਲਾਂ ਪੇਪਰ ਹੋਏ ਹਨ ਬਹੁਤ ਸਾਰੇ ਇਹੋ ਜਿਹੇ ਐਗਜ਼ਾਮ ਹਨ ਜਿਸ ਵਿੱਚ ਫੈਕਚੁਅਲ ਕੁਐਸਚਨ ਸਿੱਧਾ ਪੁੱਛਿਆ ਗਿਆ ਹੈ ਕਿ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਅਰਥ ਸ਼ਾਸਤਰ ਦਾ ਇਕਨੋਮਿਕਸ ਦਾ ਬਿਲਕੁਲ ਬੇਸਿਕ ਜਿਹਾ ਕੁਐਸਚਨ ਹੈ ਈਟੀਟੀ ਵਾਲਿਆਂ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਨੂੰ ਇਹੋ ਜਿਹੇ ਹੀ ਹੀ ਕੁਐਸਚਨ ਆਉਣਗੇ ਅਤੇ ਮੋਸਟ ਇੰਪੋਰਟੈਂਟ ਇਸ ਕਰਕੇ ਹੈ ਕਿਉਂਕਿ ਇਹ ਇਕਨੋਮਿਕਸ ਦੇ ਜੋ ਫਾਦਰ ਹਨ ਉਹ ਮੰਨੇ ਜਾਂਦੇ ਹਨ ਤਾਂ ਇਸ ਦਾ ਆਨਸਰ ਹੈ ਜੀ ਐਡਮ ਸਮਿਥ ਤਾਂ ਐਡਮ ਸਮਿਥ ਹੈ ਇਸ ਦਾ ਆਨਸਰ ਅਤੇ ਜੇਕਰ ਦੋਸਤੋ ਤੁਸੀਂ ਇਸ ਦੇ ਨਾਲ ਰਿਲੇਟਡ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਜਾਵੇਗਾ ਤਾਂ ਜੋ ਤੁਸੀਂ ਵੀਡੀਓ ਨੂੰ ਦੇਖ ਕੇ ਆਪਣਾ ਕਨਸੈਪਟ ਕਲੀਅਰ ਕਰ ਸਕੋ ਜਿੰਨੀਆਂ ਵੀ ਮੇਰੀਆਂ ਵੀਡੀਓਸ ਹਨ ਉਸ ਵਿੱਚ ਜੋ ਫਾਲਤੂ ਡਾਟਾ ਹੋਵੇਗਾ ਉਹ ਨਹੀਂ ਦਿੱਤਾ ਗਿਆ ਓਨਲੀ ਸਮਾਰਟਨੈਸ ਦੇ ਨਾਲ ਅਤੇ ਟ੍ਰਿਕੀ ਵੀ ਦੇ ਨਾਲ ਕਰਵਾਇਆ ਗਿਆ ਹੈ ਤੇ ਉਹੀ ਕਰਵਾਇਆ ਜਾਵੇਗਾ ਵੀਡੀਓਜ਼ ਦੇ ਵਿੱਚ ਸਾਰੀਆਂ ਵਿੱਚ ਜੋ ਪ੍ਰੀਵੀਅਸ ਐਗਜ਼ਾਮ ਵਿੱਚ ਕੁਐਸਚਨ ਬਣ ਚੁੱਕੇ ਹਨ ਉਹਨਾਂ ਬਾਰੇ ਦੱਸਿਆ ਗਿਆ ਹੈ ਤਾਂ ਉਸ ਨੂੰ ਵੀ ਤੁਸੀਂ ਦੇਖ ਸਕਦੇ ਹੋ ਆਪਣਾ ਕਨਸੈਪਟ ਕਲੀਅਰ ਕਰਨ ਦੇ ਲਈ ਨੈਕਸਟ ਕੁਐਸਚਨ ਹੈ ਬੁੱਕ ਜ਼ਰੂਰ ਆਉਂਦੀ ਹੈ ਦੋਸਤੋ ਇਸੇ ਕਰਕੇ ਮੈਂ ਦੇਖਿਆ ਹੈ ਕਿ ਬੁੱਕ ਦਾ ਕੁਐਸਚਨ ਹੋਵੇਗਾ ਤਾਂ ਮੈਨੂੰ ਦੋ ਤਿੰਨ ਬੁੱਕਸ ਦੇ ਕੁਐਸਚਨ ਮਿਲੇ ਹਨ ਤਾਂ ਪਹਿਲਾ ਹੈ ਨੇਚਰ ਆਫ ਸਿਗਨੀਫਿਕੈਂਸ ਆਫ ਇਕਨੋਮਿਕ ਸਾਇੰਸ ਕਿਤਾਬ ਕਿਸ ਦੁਆਰਾ ਲਿਖੀ ਗਈ ਇਹ ਕੁਐਸਚਨ ਆਇਆ ਹੈ ਦੋਸਤੋ ਇਹ ਮੈਨੂੰ ਇਸ ਦਾ ਪਤਾ ਨਹੀਂ ਹੈ ਮੇਬੀ ਇਹ ਇਲੈਕਸ਼ਨ ਕਨਗੋ ਦਾ ਪੇਪਰ ਹੋਇਆ ਸੀ 2018 19 ਦੇ ਵਿੱਚ ਮੈਨੂੰ ਕਲੀਅਰ ਨਹੀਂ ਪਤਾ ਤਾਂ ਮੈਂ ਇਹਨਾਂ ਦੱਸ ਦਿੰਦਾ ਕਿ ਇਹ ਇਲੈਕਸ਼ਨ ਕਨਗੋ ਦੇ ਵਿੱਚ ਆਇਆ ਸੀ ਤਾਂ ਉਸ ਵਿੱਚ ਨੇਚਰ ਆਫ ਸਿਗਨੀਫਿਕੈਂਸ ਆਫ ਇਕਨੋਮਿਕ ਸਾਇੰਸ ਕਿਤਾਬ ਬਾਰੇ ਪੁੱਛਿਆ ਗਿਆ ਕਿ ਕਿਸ ਨੇ ਲਿਖੀ ਹੈ ਤਾਂ ਨੇਚਰ ਆਫ ਸਿਗਨੀਫਿਕੈਂਸ ਦੀ ਜੇਕਰ ਪੰਜਾਬੀ ਬਣਾਈਏ ਤਾਂ ਜੋ ਇਕਨੋਮਿਕਸ ਮੀਨਜ਼ ਅਰਥਸ਼ਾਸਤਰ ਹੈ ਉਸ ਨੂੰ ਆ ਵਿਗਿਆਨ ਉਸ ਨੂੰ ਪੂਰਾ ਵਿਗਿਆਨ ਕਿਹਾ ਸੀ ਮੀਨਜ਼ ਨੇਚਰ ਆਫ ਸਿਗਨੀਫਿਕੈਂਸ ਕਿਹਾ ਗਿਆ ਸੀ ਇਕਨੋਮਿਕ ਸਾਇੰਸ ਨੂੰ ਤਾਂ ਕਿਸਤ ਬਾਰੇ ਲਿਖੀ ਹੈ ਇਹ ਰੋਬਿਨਸ ਜੀ ਨੇ ਲਿਖੀ ਹੈ ਤਾਂ ਰੋਬਿਨ ਦਿੱਤਾ ਅਨਸਰ ਹੈ ਤਾਂ ਦੋਸਤੋ ਇਸ ਨੂੰ ਤੁਸੀਂ एमसीक्यू ਨੂੰ ਸਾਰਿਆਂ ਨੂੰ ਯਾਦ ਕਰਨਾ ਹੈ ਕਿਉਂਕਿ ਇਹਨਾਂ ਵਿੱਚੋਂ ਦੁਬਾਰਾ ਫੇਰ ਰਿਪੀਟ ਹੋ ਸਕਦਾ ਹੈ ਉਸ ਤੋਂ ਅੱਗੇ ਹੈ ਚੰਦਰਗੁਪਤ ਬਹੁਤ ਇੰਪੋਰਟੈਂਟ ਹੈ ਇਹ ਸਾਨੂੰ ਹਿਸਟਰੀ ਵਿੱਚ ਵੀ ਆਉਂਦਾ ਹੈ ਕੁਐਸਚਨ ਅਤੇ ਇਕਨੋਮਿਕਸ ਦੇ ਵਿੱਚ ਵੀ ਇਹ ਕੁਐਸਚਨ ਬਣਦਾ ਹੈ ਤਾਂ ਆਈ ਹੋਪ ਤੁਸੀਂ ਸਾਰਿਆਂ ਨੇ ਚੰਦਰਗੁਪਤ ਮੌਰੀਆ ਬਾਰੇ ਪੜ੍ਹਿਆ ਹੋਵੇਗਾ ਕਿਉਂਕਿ ਹਿਸਟਰੀ ਦਾ ਟੌਪਿਕ ਹੈ ਚੰਦਰਗੁਪਤ ਮੌਰੀਆ ਯੋਗ ਸਾਡਾ ਹੋਇਆ ਹੈ ਮੌਰੀਆ ਵੰਸ਼ ਹੋਇਆ ਹੈ ਉਸ ਵਿੱਚ ਚੰਦਰਗੁਪਤ ਮੌਰੀਆ ਦਾ ਨਾਮ ਬਹੁਤ ਮਸ਼ਹੂਰ ਹੈ ਬਹੁਤ ਵਾਰ ਕੁਐਸਚਨ ਬਣਿਆ ਇਸ ਦਾ ਹਿਸਟਰੀ ਵਿੱਚ ਅਤੇ ਇਕਨੋਮਿਕਸ ਵਿੱਚ ਵੀ ਇਸ ਦਾ ਕੁਐਸਚਨ ਬਣਦਾ ਹੈ ਤਾਂ ਦੋਸਤੋ ਡਬਲ ਤੁਹਾਨੂੰ ਫਾਇਦਾ ਹੋਵੇਗਾ ਚੰਦਰਗੁਪਤ ਮੌਰੀਆ ਮੀਨਸ ਮੌਰੀਆ ਸਾਮਰਾਜ ਪੜਨਾ ਤੁਹਾਡੇ ਲਈ ਬਹੁਤ ਹੀ ਜਿਆਦਾ ਇੰਪੋਰਟੈਂਟ ਟੌਪਿਕ ਹੈ ਇਹ ਜੋ ਮੌਰੀਆ ਸਾਮਰਾਜ ਹੋਵੇਗਾ ਡੈਂਸਿਟੀ ਹੋਵੇਗੀ ਤੁਹਾਨੂੰ ਮੈਂ ਕਰਾਵਾਂਗਾ ਸਭ ਕੁਝ ਇਹ ਤਾਂ ਮੌਰੀਆ ਚੰਦਰਗੁਪਤ ਮੌਰੀਆ ਜੋ ਮੌਰੀਆ ਵੰਸ਼ ਦਾ ਸੰਸਥਾਪਕ ਸੀ ਚੰਦਰਗੁਪਤ ਮੁਰਗਿਆ ਉਸ ਦੇ ਸਮੇਂ ਵਿੱਚ ਉਸ ਦਾ ਸਲਾਹਕਾਰ ਕੌਣ ਸੀ ਇਹ ਪੀਐਸ ਟੈਟ ਵਿੱਚ ਵੀ ਕੁਐਸਚਨ ਆਇਆ ਹੋਇਆ ਹੈ ਅਤੇ ਇਕਨੋਮਿਕਸ ਦਾ ਕੁਐਸਚਨ ਹੈ ਇਸ ਵਿੱਚ ਗੱਲ ਹੋਈ ਹੈ ਉਸ ਦਾ ਸਲਾਹਕਾਰ ਕੌਣ ਸੀ ਜਿਸ ਦੁਆਰਾ ਅਰਥ ਸ਼ਾਸਤਰ ਨਾਮੀ ਕਿਤਾਬ ਨੂੰ ਲਿਖਿਆ ਗਿਆ ਇਹ ਸੀਟੈਟ ਦਾ ਕੁਐਸਚਨ ਹੈ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਸੀਟੈਟ ਵਿੱਚ ਇਸ ਤਰ੍ਹਾਂ ਲੰਬੇ ਕੁਐਸਚਨ ਆਉਂਦੇ ਹਨ ਬਟ ਬਹੁਤ ਹੀ ਸੌਖੇ ਹੁੰਦੇ ਹਨ ਤਾਂ ਉਸ ਦਾ ਆਨਸਰ ਤੁਹਾਨੂੰ ਮੈਂ ਦੱਸ ਦਵਾਂ ਇੱਥੇ ਤਾਂ ਚਾਨਕਿਆ ਹੈ ਇਸਦੇ ਕਈ ਨਾਮ ਹਨ ਚਾਣਕਿਆ ਚਾਣਕਿਆ ਕੁਟਿੱਲਿਆ ਚਾਣਕਿਆ ਕੁਟਿੱਲਿਆ ਵਿਸ਼ਨੂ ਗੁਪਤ ਵਿਸ਼ਨੂ ਗੁਪਤ ਵੀ ਇਸ ਨੂੰ ਕਿਹਾ ਜਾਂਦਾ ਹੈ ਤਾਂ ਚਾਣਕਿਆ ਕੁਟਿੱਲਿਆ ਵਿਸ਼ਨੂ ਗੁਪਤ ਇਹਨਾਂ ਨਾਮ ਹਨ ਤਾਂ ਕਈ ਵਾਰ ਇਸ ਤਰ੍ਹਾਂ ਕੁਐਸਚਨ ਪਾ ਕੇ ਇਹ ਤਿੰਨੇ ਨਾਮ ਦੇ ਦੇਵੇਗਾ ਤੇ ਖੀਰ ਵਿੱਚ ਦੇ ਦੇਵੇਗਾ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਤੁਸੀਂ ਇਹ ਨਹੀਂ ਕਹਿਣਾ ਕਿ ਚਾਣਕਿਆ ਦਿੱਤਾ ਹੋਇਆ ਹੈ ਬਾਕੀ ਹੋਰ ਨਾਮ ਕਿਸੇ ਹੋਰ ਤੇ ਹਨ ਤਾਂ ਕੋਈ ਨਹੀਂ ਆਨਸਰ ਲਗਾ ਕੇ ਆਉਣਾ ਹੈ ਤਾਂ ਦੋਸਤੋ ਗਲਤ ਹੋ ਜਾਵੇਗਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਸਲਾਹਕਾਰ ਸੀ ਚਾਣਕਿਆ ਸੀ ਉਸਦੇ ਕਿੰਨੇ ਨਾਮ ਸਨ ਕਿਹੜੇ-ਕਿਹੜੇ ਨਾਮ ਸਨ ਇਹ ਤੁਹਾਨੂੰ ਕਨਸੈਪਟ ਹੈ ਤੁਹਾਡਾ ਕਲੀਅਰ ਹੋਵੇਗਾ ਵੀਡੀਓ ਦੇ ਵਿੱਚੋਂ ਵੀਡੀਓ ਨੂੰ ਜਰੂਰ ਦੇਖਣਾ ਤਾਂ ਇਸ ਦਾ ਆਨਸਰ ਚਾਣਕਿਆ ਅੱਗੇ ਆ ਗਿਆ ਧਨ ਬਾਰੇ ਮੀਨਸ ਆਪ इकोनॉमिक्स ਦੀ ਗੱਲ ਕਰ ਰਹੇ ਹਾਂ ਤਾਂ ਧੰ ਹੀ ਇੰਪੋਰਟੈਂਟ ਹੈ ਤਾਂ ਨੂੰ ਮੀਨ ਬਣੀ ਬਾਰੇ ਕਿਸ ਨੇ ਕਿਹਾ ਹੈ ਕਿ ਇਸ ਨੂੰ ਹੀ ਅਰਥ ਸ਼ਾਸਤਰ ਦਾ ਵਿਗਿਆਨ ਕਿਹਾ ਜਾ ਸਕਦਾ ਹੈ ਮੀਨਸ ਇੱਥੇ ਹੋਈ ਹੈ ਗੱਲ ਅਰਥ ਸ਼ਾਸਤਰ ਦੀ ਅਰਥ ਸ਼ਾਸਤਰ ਦਾ ਵਿਗਿਆਨ ਕਿਹਾ ਜਾ ਸਕਦਾ ਹੈ ਤਾਂ ਐਡਮ ਸਮਿਥ ਵੀ ਐਸ ਸਮਿਥ ਜੋਨ ਮਾਰਸ਼ਲ ਰੋਬਿੰਸ ਕੋਵਿਲਿਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਆਪਾਂ ਪਿੱਛੇ ਪੜਿਆ ਹੈ ਕਿ ਅਰਥ ਸ਼ਾਸਤਰ ਦਾ ਪਿਤਾਮਾ ਹੈ ਜੋ ਐਡਮ ਸਮਿਥ ਹੈ ਵੀ ਐਸ ਸਮਿਥ ਹੈ ਜੋ ਇਹ ਜਾਣ ਕੇ ਪਾਇਆ ਹੋਇਆ ਹੈ एग्जाम ਵਿੱਚ ਆਇਆ ਹੋਇਆ ਕੁਐਸਚਨ ਹੈ ਤਾਂ ਵੀ ਐਸ ਸਮਿਥ ਹੈ ਇਸ ਨੇ ਜੋ ਹੈ ਸਮੁੰਦਰ ਗੁਪਤ ਸਮੁੰਦਰ ਗੁਪਤ ਹੈ ਇਸ ਨੂੰ ਕੋਈ ਨਾਮ ਦਿੱਤਾ ਸੀ ਨੈਪੋਲੀਅਨ ਦਾ ਨਾਮ ਦਿੱਤਾ ਸੀ ਭਾਰਤ ਦਾ ਨੈਪੋਲੀਅਨ ਤਾਂ ਪਤਾ ਹੋਣਾ ਚਾਹੀਦਾ ਹੈ ਉਹ ਵੀ ਐਸ ਸਮਿਥ ਨੇ ਦਿੱਤਾ ਹੀ ਤਾਂ ਇਸ ਦਾ ਆਨਸਰ ਹੋਵੇਗਾ ਐਡਮ ਸਮਿਥ ਵੀ ਐਸ ਸਮਿਥ ਤੁਹਾਨੂੰ ਕਨਫਿਊਜ਼ ਕਰਨ ਲਈ ਪਾਵੇਗਾ ਦੋਸਤੋ ਤੁਸੀਂ ਕਨਫਿਊਜ਼ ਹੋ ਜਾਓਗੇ ਜੇਕਰ ਕਰੈਮ ਕਰਕੇ ਜਾਓਗੇ ਰੱਟਾ ਲਾ ਕੇ ਜਾਓਗੇ ਤਾਂ ਤੁਹਾਡਾ ਕੁਐਸਚਨ ਇਹ ਗਲਤ ਹੋ ਸਕਦਾ ਹੈ ਤਾਂ ਇਸ ਕਰਕੇ ਮੈਂ ਕਹਿੰਦਾ ਕਿ ਤੁਸੀਂ ਇਸ ਸੈੱਟ ਨੂੰ ਵਾਰ-ਵਾਰ ਲਗਾਓ ਜਿੰਨਾ ਚਿਰ ਤੁਹਾਡੇ ਸਾਰੇ ਕੁਐਸਚਨ ਸਹੀ ਨਹੀਂ ਹੁੰਦੇ ਅਤੇ ਟਾਈਮਿੰਗ ਫਿਕਸ ਕਰ ਲਓ ਘੰਟੇ ਵੱਧ ਘੱਟੋ-ਘੱਟ ਘੰਟਾ ਤੇ ਵੱਧ ਤੋਂ ਵੱਧ ਜਿੰਨਾ ਟਾਈਮ ਮਰਜ਼ੀ ਰੱਖ ਸਕਦੇ ਹੋ ਜੇਕਰ ਤੁਸੀਂ ਸੈੱਟ ਲਗਾਉਣਾ ਹੈ ਉਸ ਤੋਂ ਅੱਗੇ ਹੈ ਅਰਥ ਸ਼ਾਸਤਰ ਨੂੰ ਵਾਸਤਵਿਕ ਵਿਗਿਆਨ ਕਿਸ ਵਿਗਿਆਨੀ ਨੇ ਕਿਹਾ ਹੈ ਮੀਨਸ ਉਹ ਕੁਐਸਚਨ ਸੀ ਅਰਥ ਸ਼ਾਸਤਰ ਦਾ ਵਿਗਿਆਨ ਇਹ ਹੈ ਵਾਸਤਵਿਕ ਵਿਗਿਆਨ ਤਾਂ ਵਾਸਤਵਿਕ ਵਿਗਿਆਨ ਦੀ ਗੱਲ ਕਰੀਏ ਤਾਂ ਵਾਸਤਵਿਕ ਵਿਗਿਆਨ ਹੈ ਐਡਮ ਸਮਿਥ ਨਹੀਂ ਆ ਸਕਦਾ ਕਿਉਂਕਿ ਇਹਨਾਂ ਨੇ ਅਰਥ ਸ਼ਾਸਤਰ ਨੂੰ ਇੱਕ ਵਿਗਿਆਨ ਕਿਹਾ ਹੈ ਤੇ ਧਾਨ ਕਿਹਾ ਹੈ ਤਾਂ ਵਾਸਤਵਿਕ ਵਿਗਿਆਨ ਦਾ ਮਤਲਬ ਹੈ ਕਿ ਪੂਰਾ ਵਿਗਿਆਨ ਹੈ ਜਿੱਤੇ ਕੀ ਆ ਸਮਾਜ ਵੀ ਆ ਜਾਂਦਾ ਹੈ ਅਤੇ ਦੂਸਰੇ ਗਰੀਬ ਅਮੀਰ ਸਾਰੇ ਲੋਕ ਆ ਜਾਂਦੇ ਹਨ ਤਾਂ ਵਾਸਤਵਿਕ ਵਿਗਿਆਨ ਹੈ ਜੋ ਅਰਥ ਸ਼ਾਸਤਰ ਹੈ ਜਿਸ ਵਿੱਚ ਸਾਨੂੰ ਸਾਰਿਆਂ ਬਾਰੇ ਪਤਾ ਲੱਗਦਾ ਹੈ ਵੀ ਐਸ ਸਮਿਥ ਤਾਂ ਨਹੀਂ ਸਕਦਾ ਜੌਨ ਮਾਰਸ਼ਲ ਰੋਬਿਨਸ ਕੁੱਟਲਿਆ ਤਾਂ ਵਾਸਤਵਿਕ ਵਿਗਿਆਨ ਕਿਸ ਨੇ ਕਿਹਾ ਹੈ ਇਹ ਕਹ ਹੈ ਰੋਬਿਨਸ ਨੇ ਕਿਉਂਕਿ ਇਹਨਾਂ ਦੀ ਮੈਂ ਤੁਹਾਨੂੰ ਇੱਕ ਬੁੱਕ ਪਹਿਲਾਂ ਕਰਵਾਈ ਹੈ ਤਾਂ ਇੱਕ ਬੁੱਕ ਹੈ ਤੇ ਇੱਕ ਵਾਸਤਵਿਕ ਵਿਗਿਆਨ ਹੈ ਜੋ ਕਿਸ ਨੇ ਕਿਹਾ ਹੈ ਇਹ ਰੋਬਿਨਸ ਨੇ ਕਿਹਾ ਹੈ ਦੋਸਤੋ ਇਸ ਨੂੰ ਯਾਦ ਰੱਖਣਾ ਹੈ ਉਸ ਤੋਂ ਕਿ ਵੈਲਥ ਆਫ ਨੇਸ਼ਨ ਹੈ ਜੋ ਬੁੱਕ ਹੈ ਵੈਲਥ ਆਫ ਨੇਸ਼ਨ ਕਿਤਾਬ ਕਿਸ ਦੁਆਰਾ ਲਿਖੀ ਗਈ ਬਹੁਤ ਵਾਰ ਕੁਐਸਚਨ ਆਇਆ ਹੈ ਸਾਰੇ ਕੁਐਸਚਨ ਰਿਪੀਟ ਹੋਏ ਹਨ ਜੋ ਕੁਐਸਚਨ ਤੁਹਾਨੂੰ ਮੈਂ ਕਰਾ ਰਿਹਾ ਇਹ ਸਾਰੇ ਕੁਐਸਚਨ ਆਏ ਹੋਏ ਹਨ ਅਤੇ ਜੇਕਰ ਮੈਨੂੰ ਕੋਈ ਹੋਰ ਮਿਲੇ ਤਾਂ ਤੁਹਾਨੂੰ ਮੈਂ ਇਕਨੋਮਿਕਸ ਦੀ ਇੱਕ ਵੀਡੀਓ ਹੋਰ ਦਵਾਗਾ ਜਿਸ ਵਿੱਚ ਸਾਰੇ ਪ੍ਰੀਵਿਅਸ ਈਅਰ ਦੇ ਕੁਐਸਚਨ ਹੋਣਗੇ ਤਾਂ ਵੈਲਥ ਆਫ ਨੇਸ਼ਨ ਕਿਤਾਬ ਹੈ ਬੁੱਕ ਹੈ ਜੋ ਕਿਸ ਦੁਆਰਾ ਲਿਖੀ ਗਈ ਤਾਂ ਐਡਮ ਸਮਿਥ ਦੁਆਰਾ ਲਿਖੀ ਗਈ ਵੀ ਐਸ ਸਮਿਥ ਦੁਆਰਾ ਲਿਖੀ ਗਈ ਜੌਨ ਮਾਰਸ਼ਲ ਰੋਬਿਨਸ ਕੁਟਿੱਲਿਆ ਵੀ ਐਸ ਸਮਿਥ ਨੂੰ ਅਸੀਂ ਵਿੱਚੋਂ ਕੱਟ ਦਿੰਨੇ ਹਾਂ ਐਲੀਮੀਨੇਟ ਮੈਥਡ ਹੈ ਜੋ ਯੂਜ਼ ਕੀਤਾ ਹੈ ਮੀਨਸ ਇਹ ਚਾਰ ਹਨ ਜੌਨ ਮਾਰਸ਼ਲ ਅਸੀਂ ਕੱਟ ਦਿੰਨੇ ਹਾਂ ਕਿਉਂਕਿ ਜੇਕਰ ਅਸੀਂ ਪੜ ਕੇ ਗਏ ਹੋਵਾਂਗੇ ਤਾਂ ਜohn marshall ਸਾਨੂੰ ਪਤਾ ਲੱਗ ਜਾਵੇਗਾ ਕਿ ਨਹੀਂ ਹੈ ਹੁਣ robins kutillia ਤੇ adams smith ਤਿੰਨਾਂ ਵਿੱਚ ਸਾਨੂੰ ਕਨਫਿਊਜ਼ਨ ਹੋਵੇਗੀ ਤਾਂ ਦੋਸਤੋ ਇਸ ਦਾ ਸਹੀ ਆਨਸਰ ਹੈ wealth of nation ਮੀਨ ਤੁਸੀਂ ਯਾਦ ਰੱਖਣਾ ਹੈ ਜੋ wealth ਹੈ ਮੀਨ ਜਦ ਧਨ ਬਾਰੇ ਗੱਲ ਕੀਤੀ ਹੈ ਕਿਸ ਨੇ ਕੀਤੀ ਹੈ ਐਡਮ ਸਮਿਥ ਨੇ ਕੀਤੀ ਹੈ ਅਰਥ ਸ਼ਾਸਤਰ ਦੇ ਪਿਤਾਮਾਣੇ ਕੀਤੀ ਹੈ ਤਾਂ ਐਡਮ ਸਮਿਥ ਹੈ ਇਸ ਦਾ ਸਹੀ ਆਨਸਰ ਹੈ ਉਸ ਤੋਂ ਅੱਗੇ ਹੈ ਦਾਸ ਕੈਪੀਟਲ ਕਿਤਾਬ ਰਚੀ ਗਈ ਏ ਸੀ ਡੈਟ ਵਿੱਚ ਆਇਆ ਹੋਇਆ ਕੁਐਸਚਨ ਹੈ 10 ਕੈਪੀਟਲ ਕਿਉਂਕਿ ਸੀ ਡੈਟ ਵਿੱਚ ਇਸ ਕਰਕੇ ਆਇਆ ਹੈ ਐਸ ਐਸ ਪੀ ਹੈ ਜੋ ਉਸ ਵਿੱਚ ਸਾਰੇ ਕੁਐਸਚਨ ਮਿਕਸ ਹੋ ਕੇ ਆ ਜਾਂਦੇ ਨੇ ਐਸ ਐਸ ਪੀ ਦਾ ਹੀ ਇੱਕ ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਪਾਠ ਹੈ ਇਕਨੋਮਿਕਸ ਹੈ ਜੋ 10 ਕੈਪੀਟਲ ਕਿਤਾਬ ਰਚੀ ਗਈ ਕਿਸ ਦੁਆਰਾ ਰਚੀ ਗਈ ਹੁਣ ਇਸ ਵਿੱਚ ਐਡਮ ਸਮਿਥ ਹੈ ਇਸ ਦੀ ਸਾਨੂੰ ਬੁੱਕ ਦਾ ਨਾਮ ਪਤਾ ਲੱਗ ਗਿਆ ਹੈ ਵੈਲਥ ਆਫ ਨੇਸ਼ਨਲ ਪਿੱਛੇ ਪੜ ਕੇ ਟੇ ਇਸ ਦੀ ਨਹੀਂ ਵੀ ਐਸ ਸਮਿਥ ਨਹੀਂ ਹੋ ਸਕਦੀ ਕਿਉਂਕਿ ਵੀ ਐ ਸਮਿਥ ਨੇ ਤਾਂ ਸਮੁੰਦਰ ਗੁਪਤ ਦਾ ਨਾਮ ਭਾਰਤ ਦਾ ਨਿਪੋਲੀਅਨ ਦਿੱਤਾ ਸੀ ਇਹ ਨਹੀਂ ਹੋ ਸਕਦੀ ਜohn marshall robins karl marx karl marx ਦਾ ਨਾਮ ਤੁਸੀਂ ਸੁਣਿਆ ਹੋਵੇਗਾ ਇਕਨੋਮਿਕਸ ਦੇ ਲਈ ਜਾਣੇ ਜਾਂਦੇ ਹਨ ਤਾਂ ਦਾਸ ਕੈਪੀਟਲ ਬੁੱਕ ਹੈ ਦਾਸ ਹੈ ਜੋ ਉਹ karl marx ਹੈ karl marx ਨੂੰ ਤੁਸੀਂ ਦਾਸ ਦੇ ਨਾਲ ਯਾਦ ਰੱਖਣਾ ਹੈ ਇਹ ਦਾਸ ਹੈ ਤਾਂ ਦਾਸ ਕੈਪੀਟਲ ਇਸਨੇ ਬੁੱਕ ਲਿਖੀ ਉਸ ਤੋਂ ਅਗੇ ਹੈ ਦੋਸਤੋ ਰਾਜਨੀਤਿਕ ਸ਼ਾਸਤਰ ਅਤੇ ਲੋਕ ਪ੍ਰਸ਼ਾਸਨ ਨੂੰ ਅਰਥ ਵਿਵਸਥਾ ਕਿਸ ਦੁਆਰਾ ਕਿਹਾ ਗਿਆ ਹੈ ਇਹ ਬਹੁਤ ਸਾਰੇ ਐਗਜ਼ਾਮ ਵਿੱਚ ਆਇਆ ਹੈ ਯੂਪੀਐਸਸੀ ਪੀਪੀਐਸਸੀ ਸੀਟੈਕਟ ਅਤੇ ਹੋਰ ਵੀ ਕਈ ਐਗਜ਼ਾਮ ਹਨ ਜਿਨ੍ਹਾਂ ਦਾ ਮੈਨੂੰ ਹੁਣ ਨਾਮ ਨਹੀਂ ਯਾਦ ਆ ਰਿਹਾ ਤਾਂ ਸਾਰੇ ਐਗਜ਼ਾਮ ਵਿੱਚ ਆਇਆ ਹੋਇਆ ਕੁਐਸਚਨ ਹੈ ਕਿਉਂਕਿ ਕੁਐਸਚਨ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਰਾਜਨੀਤਿਕ ਸ਼ਾਸਤਰ ਵਿੱਚ ਜਦੋਂ ਅਰਥ ਸ਼ਾਸਤਰ ਦੀ ਗੱਲ ਹੁੰਦੀ ਹੈ ਤਾਂ ਉਥੇ ਅਰਥ ਵਿਵਸਥਾ ਬਾਰੇ ਹੀ ਗੱਲ ਕੀਤੀ ਜਾਂਦੀ ਹੈ ਪਰ ਕੁਐਸਚਨ ਇੰਪੋਰਟੈਂਟ ਇਸ ਕਰਕੇ ਹੈ ਕਿਉਂਕਿ ਰਾਜਨੀਤਿਕ ਸ਼ਾਸਤਰ ਤੇ ਲੋਕ ਪ੍ਰਸ਼ਾਸਨ ਦੋਨਾਂ ਦੀ ਗੱਲ ਹੋਈ ਹੈ ਅਰਥ ਵਿਵਸਥਾ ਕਿਸ ਦੁਆਰਾ ਕਿਹਾ ਗਿਆ ਹੈ ਮੀਨਸ ਇਹਨਾਂ ਦੋਨਾਂ ਨੂੰ ਜੋ ਅਰਥ ਵਿਵਸਥਾ ਹੈ ਕਿਸ ਨੇ ਕਿਹਾ ਹੈ ਐਡਮ ਸਮਿਥ ਨੇ ਕਿਹਾ ਹੈ ਨਹੀਂ ਜੀ ਐਡਮ ਸਮਿਥ ਨੇ ਤਾਂ ਧੰਨ ਕਿਹਾ ਹੈ ਵੀ ਐਸ ਸਮਿਥ ਹੋ ਨਹੀਂ ਸਕਦਾ ਤਾਂ ਇਹ ਵੀ ਨਹੀਂ ਹੋ ਸਕਦਾ ਸੀ ਜohn marshall john marshall ਨੂੰ ਅਸੀਂ ਨਹੀਂ ਕਹਿ ਸਕਦੇ ਰੋਬਿੰਸ ਰੋਬਿੰਸ ਨਹੀਂ ਹੋ ਸਕਦੇ ਇਸ ਨੇ ਤਾਂ ਪੂਰਾ ਵਿਗਿਆਨ ਕਿਹਾ ਹੈ ਵਿਸ਼ਨੂੰ ਗੁਪਤ ਵਿਸ਼ਨੂੰ ਗੁਪਤ ਤੁਹਾਨੂੰ ਮੈਂ ਹੁਣੇ ਦੱਸਿਆ ਹੈ ਕਿ ਚਾਨਕਿਆ ਕੁਟਿੱਲਿਆ ਵਿਸ਼ਨੂੰ ਗੁਪਤ ਕੰਨ ਨਾਮ ਹਨ ਤਾਂ ਇਸ ਬਾਰੇ ਤੁਹਾਨੂੰ ਮੈਂ ਬਰੀਫਲੀ ਦੱਸ ਦਿੰਦਾ ਹਾਂ ਕਿ ਵਿਸ਼ਨੂੰ ਗੁਪਤ ਚਾਨਕਿਆ ਕੁਟਿੱਲਿਆ ਹੈ ਜੋ ਇਹ ਚੰਦਰਗੁਪਤ ਮੌਰੀਆ ਦਾ ਸਲਾਹਕਾਰ ਹੋਇਆ ਹੈ ਤਾਂ ਇਸ ਨੇ ਉਸ ਦੇ ਪ੍ਰਸ਼ਾਸਨ ਵਿੱਚ ਇੱਕ ਬੁੱਕ ਲਿਖੀ ਸੀ ਜੋ ਜਿਸ ਨੂੰ ਇਕਨੋਮਿਕਸ ਬੁੱਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਰਥ ਵਿਵਸਥਾ ਦੀ ਬੁੱਕ ਲਿਖੀ ਸੀ ਇਸ ਨੇ ਤਾਂ ਉਸ ਵਿੱਚ ਇਸ ਨੇ ਉਸ ਦੇ ਜੋ ਚੰਦਰਗੁਪਤ ਮੌਰੀਆ ਹੋਇਆ ਹੈ ਉਸ ਦੇ ਜੋ ਰਾਜਨੀਤਿਕ ਸ਼ਾਸਤਰ ਮੀਨਜ਼ ਜੋ ਦਾ ਪ੍ਰਸ਼ਾਸਨ ਸੀ ਉਸ ਦੇ ਵਿੱਚ ਜੋ ਰਾਜਨੀਤਿਕ ਕੰਮ ਹੋਏ ਹਨ ਉਸ ਬਾਰੇ ਲਿਖਿਆ ਹੈ ਅਤੇ ਲੋਕਾਂ ਬਾਰੇ ਲਿਖਿਆ ਹੈ ਕਿ ਉਹਨਾਂ ਦਾ ਐਡਮਿਨਿਸਟ੍ਰੇਟਿਵ ਸੀ ਜੋ ਪ੍ਰਬੰਧ ਸੀ ਕਿਸ ਤਰ੍ਹਾਂ ਦਾ ਸੀ ਲੋਕਾਂ ਬਾਰੇ ਲਿਖ ਦਿੱਤਾ ਅਤੇ ਰਾਜਨੀਤਿਕ ਸ਼ਾਸਤਰ ਇੱਥੇ ਵੀ ਲੋਕ ਹੀ ਆ ਗਏ ਤਾਂ ਵਿਸ਼ਨੂੰ ਗੁਪਤ ਹੈ ਜੋ ਇਸ ਨੇ ਕਿਸੇ ਗੱਲ ਕੀਤੀ ਹੈ ਰਾਜਨੀਤਿਕ ਸ਼ਾਸਤਰ ਅਤੇ ਲੋਕ ਪ੍ਰਸ਼ਾਸਨ ਦੀ ਆ ਦੋਸਤੋ ਇਸ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ ਅਤੇ ਜੋ ਬੁੱਕਸ ਦੇ ਨਾਮ ਆਏ ਹਨ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਜੇਕਰ ਈਟੀਟੀ ਦੀ ਗੱਲ ਕਰਕੇ ਤਾਂ ਇਹ ਕੁਐਸਚਨ ਸਾਰੇ ਉਹਨਾਂ ਨੂੰ ਆ ਸਕਦੇ ਹਨ ਐਜ਼ ਇਟ ਇਜ਼ ਇਸੇ ਤਰ੍ਹਾਂ ਹੀ ਆ ਸਕਦੇ ਹਨ ਐਨੀਵੇਅਰ ਤੁਹਾਨੂੰ ਡਰਨ ਦੀ ਬਿਲਕੁਲ ਲੋੜ ਨਹੀਂ ਹੈ ਕਿਉਂਕਿ ਤੁਸੀਂ ਉਹਨਾਂ ਕੁਐਸਚਨ ਦੀ ਪ੍ਰੈਕਟਿਸ ਕਰ ਰਹੇ ਹੋ ਅਤੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਇਹਨਾਂ ਵਿੱਚੋਂ ਹੀ ਕੁਐਸਚਨ ਆਉਣਗੇ ਇਕਨੋਮਿਕਸ ਦੇ ਉਸ ਤੋਂ ਅੱਗੇ ਹੈ ਅਰਥ ਵਿਵਸਥਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਦੋਸਤੋ ਅਰਥ ਵਿਵਸਥਾ ਨੂੰ ਪੰਜ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਕਿਹੜੇ ਕਿਹੜੇ ਭਾਗ ਹਨ ਤਾਂ ਤੁਸੀਂ ਇਸ ਦੀ ਵੀਡੀਓਜ਼ ਤੁਹਾਨੂੰ ਜੋ ਵੀਡੀਓ ਦਿੱਤੀ ਗਈ ਹੈ ਇਕਨੋਮਿਕ ਦੀ ਤੁਹਾਨੂੰ ਜ਼ਰੂਰ ਦੇਖਣੀ ਪਵੇਗੀ ਕਿਉਂਕਿ ਨਾਮ ਤੁਹਾਨੂੰ ਪਤਾ ਲੱਗ ਜਾਣਗੇ ਬਟ ਉਹਨਾਂ ਦਾ ਜੋ ਐਕਸਪਲੇਨੇਸ਼ਨ ਹੈ ਉਹ ਤਾਂ ਵੀਡੀਓ ਵਿੱਚ ਹੀ ਕੀਤੀ ਗਈ ਹੈ ਤਾਂ ਕਨਸੈਪਟ ਕਲੀਅਰ ਕਰਨ ਦੇ ਲਈ ਤੁਸੀਂ ਵੀਡੀਓ ਨੂੰ ਜ਼ਰੂਰ ਦੇਖੋ ਅਰਥ ਵਿਵਸਥਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜੇਕਰ ਪਤਾ ਹੈ ਤਾਂ ਬਹੁਤ ਵਧੀਆ ਹੈ ਵੈਲ ਐਂਡ ਗੁੱਡ ਹੈ ਬਟ ਜੇਕਰ ਨਹੀਂ ਪਤਾ ਤਾਂ ਉਸ ਵੀਡੀਓ ਨੂੰ ਜ਼ਰੂਰ ਦੇਖੋ ਦੋਸਤੋ ਉਸ ਤੋਂ ਅੱਗੇ ਹੈ ਪੂੰਜੀਵਾਦੀ ਅਰਥ ਵਿਵਸਥਾ ਵਿੱਚ ਕੀ ਹੁੰਦਾ ਹੈ ਪੂੰਜੀਵਾਦੀ ਜਦੋਂ ਅਸੀਂ ਅੱਗੇ ਪੂੰਜੀ ਸ਼ਬਦ ਦੇਖ ਲੈਨੇ ਹਾਂ ਦੋਸਤੋ ਪੂੰਜੀਵਾਦੀ ਹੈ ਪੂੰਜੀ ਦਾ ਮਤਲਬ ਕੀ ਹੁੰਦਾ ਹੈ ਰੁਪਏ ਆਗੇ ਸਾਡੇ ਕੋਲ ਨੋਟ ਆਗੇ ਤਾਂ ਇਸ ਦਾ ਮਤਲਬ ਕੀ ਹੈ ਪੂੰਜੀਵਾਦੀ ਹੋ ਗਿਆ ਤਾਂ ਪੂੰਜੀਵਾਦੀ ਵਿੱਚ ਕੀ ਹੈ ਪੂੰਜੀਵਾਦੀ ਕਦੋਂ ਹੋਵੇਗਾ ਜਦੋਂ ਪ੍ਰਾਈਵੇਟ ਸੈਕਟਰ ਆਉਣਗੇ ਤਾਂ ਨਿੱਜੀ ਖੇਤਰਾਂ ਦੀ ਸ਼ਕਤੀ ਹੁੰਦੀ ਹੈ ਜਦੋਂ ਉਦੋਂ ਕੀ ਇਹ ਪੂੰਜੀਵਾਦੀ ਅਰਥਵਿਵਸਥਾ ਹੁੰਦੀ ਹੈ ਤਾਂ ਨਿੱਜੀ ਖੇਤਰਾਂ ਦੀ ਸ਼ਕਤੀ ਦਾ ਬੋਲਬਾਲਾ ਹੁੰਦਾ ਹੈ ਜੋ ਸਰਕਾਰਾਂ ਹੁੰਦੀਆਂ ਹਨ ਉਹਨਾਂ ਦਾ ਬੋਲਬਾਲਾ ਘੱਟ ਹੁੰਦਾ ਹੈ ਭਾਰਤ ਵਿੱਚ ਕਿਸ ਤਰ੍ਹਾਂ ਦੀ ਅਰਥਵਿਵਸਥਾ ਪਾਈ ਜਾਂਦੀ ਹੈ ਵੈਰੀ ਵੈਰੀ ਇੰਪੋਰਟੈਂਟ ਦੋਸਤੋ ਬਹੁਤ ਵਾਰ ਕੁਐਸਚਨ ਆਇਆ ਹੈ ਇਹ ਐਕਸਪੈਕਟ ਕਰਦਾ ਹਾਂ ਕਿ ਇਹ ਕੁਐਸਚਨ ਇਸ ਵਾਰ ਵੀ ਪੁੱਛਿਆ ਜਾਵੇਗਾ ਉਹਨਾਂ ਦੇ ਨਾਲ-ਨਾਲ ਕਿਉਂਕਿ ਤੁਹਾਨੂੰ ਬਹੁਤ ਘੱਟ ਨੰਬਰਾਂ ਦੀ ਇਕਨੋਮਿਕਸ ਆਉਣੀ ਹੈ ਤਾਂ ਮੈਨੂੰ ਲੱਗ ਰਿਹਾ ਹੈ ਕਿ ਇਹਨਾਂ ਕੁਐਸਚਨਾਂ ਵਿੱਚੋਂ ਇਹੀ ਕੁਐਸਚਨ ਤੁਹਾਨੂੰ ਆ ਜਾਣਗੇ ਕਿ ਭਾਰਤ ਵਿੱਚ ਕਿਸ ਤਰ੍ਹਾਂ ਦੀ ਅਰਥਵਿਵਸਥਾ ਪਾਈ ਜਾਂਦੀ ਹੈ ਮਿਕਸਡ ਇਕਨੋਮੀ ਪਾਈ ਜਾਂਦੀ ਹੈ ਕਿਉਂਕਿ ਦੋਸਤੋ ਇਹਨਾਂ ਤੋਂ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਕਿ ਇਸ ਵਿੱਚ ਪੂੰਜੀਵਾਦੀ ਪਲੱਸ ਜੋ ਸਾਡੀ ਦੂਸਰੀ ਹੈ ਪੂੰਜੀਵਾਦੀ ਹੈ ਤੇ ਸਮਾਜਵਾਦੀ ਹੈ ਇਹਨਾਂ ਦੋਨਾਂ ਨੂੰ ਆਪਾਂ ਇਸ ਤਰ੍ਹਾਂ ਹੀ ਕਰ ਦਿੰਨੇ ਹਾਂ ਇਹ ਦੋਨੇ ਹਨ ਇਹ ਕੀ ਹੈ ਮਿਸ਼ਰਤ ਬਣ ਜਾਂਦੀ ਹੈ ਮੀਨਸ ਦੋਨੇ ਤਰ੍ਹਾਂ ਦੀ ਪਾਈ ਜਾਂਦੀ ਹੈ ਕਿਉਂਕਿ ਸਾਡੇ ਭਾਰਤ ਵਿੱਚ ਕੀ ਹੈ ਕਿ ਪ੍ਰਾਈਵੇਟ ਕੰਪਨੀਆਂ ਵੀ ਬਹੁਤ ਹਨ ਜਿਸ ਤਰ੍ਹਾਂ Jio ਦੀ ਲੈ ਲੀਗੇ ਅਤੇ ਜੇਕਰ BSNL ਦੀ ਗੱਲ ਕਰੀਏ ਤਾਂ ਉਹ ਸਰਕਾਰੀ ਬਣ ਗਈ ਤਾਂ ਸਰਕਾਰੀ ਕੰਪਨੀ ਵੀ ਹੈ ਮੀਨਸ ਪੂੰਜੀਵਾਦੀ ਵੀ ਹੈ ਅਤੇ ਸਮਾਜਵਾਦੀ ਵੀ ਹੈ ਜਿਸ ਵਿੱਚ ਸਮਾਜਵਾਦੀ ਕੀ ਹੈ ਜਿਸ ਵਿੱਚ ਸਰਕਾਰਾਂ ਦਾ ਬੂਲਬਾਲਾ ਹੁੰਦਾ ਹੈ ਤਾਂ ਮਿਸ਼ਰਤ ਇਸ ਦਾ ਅਨਸਰ ਆ ਗਿਆ ਦੋਸਤੋ ਇਸ ਨੂੰ ਯਾਦ ਰੱਖਣਾ ਹੈ ਤੁਸੀਂ ਇਸ ਤੋਂ ਅੱਗੇ ਕੁਐਸਚਨ ਹੈ ਜਿਸ ਵਿੱਚ ਆਜਾਤ ਨਰਜਾਤ ਮੀਨਸ ਇੰਪੋਰਟ ਐਕਸਪੋਰਟ ਵੱਡੀ ਮਾਤਰਾ ਵਿੱਚ ਹੋਵੇ ਉਸ ਨੂੰ ਕਿਹੜੀ ਅਰਥ ਵਿਵਸਥਾ ਕਹਿੰਦੇ ਹਨ ਤਾਂ ਉਸ ਨੂੰ ਖੁੱਲੀ ਅਰਥ ਵਿਵਸਥਾ ਕਿਹਾ ਜਾਂਦਾ ਹੈ ਦੋਸਤੋ ਆਜਾਤ ਨਰਜਾਤ ਇਸ ਵਿੱਚ ਵੱਡੀ ਮਾਤਰਾ ਵਿੱਚ ਹੋਵੇ ਹੁਣ ਆਪਾਂ ਦੇਖਦੇ ਹਾਂ ਕਿ ਆਪਣੇ ਕਿੰਨੇ ਕੁਐਸਚਨ ਸਹੀ ਹੋਏ ਹਨ ਅਤੇ ਜੋ ਗਲਤ ਹੋਇਆ ਹੈ ਉਸ ਦਾ ਅਸੀਂ ਕਿਸ ਤਰ੍ਹਾਂ ਪਤਾ ਲਗਾ ਸਕਦੇ ਹਾਂ ਕਿ ਇਹ ਸਾਡਾ ਗਲਤ ਹੈ ਤੇ ਇਸ ਦਾ ਅਨਸਰ ਕੀ ਹੈ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਸਬਮਿਟ ਕਰਨਾ ਪਵੇਗਾ ਸਬਮਿਟ ਕਰਨ ਤੋਂ ਬਾਅਦ ਕੀ ਹੈ ਨਵਾਂ ਇੰਟਰਫੇਸ ਖੁੱਲੇਗਾ ਤਾਂ ਜਦੋਂ ਕੁਇਜ਼ ਆਵੇਗੀ ਇੱਥੇ ਆ ਜਾਵੇਗਾ ਯੂਅਰ ਰਿਸਪੌਂਸ ਹੈਜ਼ ਬੀਨ ਰਿਕਾਰਡਡ ਇਹ ਜਿਹੜਾ ਤੁਸੀਂ ਪੇਪਰ ਟੈਸਟ ਸੈੱਟ ਆਨਲਾਈਨ ਸੈੱਟ ਜੋ ਲਗਾਇਆ ਹੈ ਉਸ ਦਾ ਸਾਨੂੰ ਪਤਾ ਲੱਗ ਜਾਵੇ ਕਿ ਰਿਕਾਰਡ ਹੋ ਗਿਆ ਹੈ ਵੀ ਸਕੋਰ ਕਰਨ ਤੇ ਸਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਕਿੰਨੇ ਨੰਬਰ ਹਨ ਤਾਂ ਸਾਨੂੰ ਦੱਸ ਦਿੱਤਾ ਹੈ ਟੋਟਲ ਮਾਰਕਸ ਹੈ ਜੋ ਉਹ ਸਾਨੂੰ ਪਤਾ ਲੱਗ ਗਏ ਹਨ ਕਿ ਸਾਡੇ ਹਨ ਜੋ 12 ਵਿੱਚੋਂ 12 ਨੰਬਰ ਆ ਗਏ ਹਨ ਟੋਟਲ ਪੁਆਇੰਟਸ ਇੱਥੇ ਆ ਜਾਣਗੇ ਮੀਨਸ ਟਵੈਲੋ ਕੁਐਸਚਨਸ ਹਨ ਦੋਸਤੋ ਇਹ ਤਾਂ ਹਰੇਕ ਕੁਐਸਚਨ ਇੱਕ ਇੱਕ ਨੰਬਰ ਦਾ ਸੀ ਤਾਂ ਤੁਸੀਂ ਟਾਈਮ ਲਾ ਕੇ ਚੱਲਣਾ ਹੈ ਹਰੇਕ ਕੁਐਸਚਨ ਨੂੰ ਤੁਸੀਂ 10-10 ਸੈਕਿੰਡ ਰੱਖਣੀਆਂ ਨੇ ਮੀਨਸ 2 ਮਿੰਟਾਂ ਵਿੱਚ ਤੁਸੀਂ 12 ਕੁਐਸਚਨ ਨੂੰ ਸੋਲਵ ਕਰਨਾ ਹੈ ਅਤੇ ਇਹ ਤੁਸੀਂ ਪ੍ਰੈਕਟਿਸ ਦੇ ਨਾਲ ਹੀ ਕਰ ਸਕਦੇ ਹਾਂ ਕਿਉਂਕਿ ਪਹਿਲੀ ਵਾਰ 2 ਮਿੰਟਾਂ ਵਿੱਚ ਨਹੀਂ ਹੋਵੇਗਾ ਜੇਕਰ ਤੁਸੀਂ ਪਹਿਲਾ ਸੈੱਟ ਲਗਾ ਕੇ ਨਾਲ ਦੇ ਨਾਲ ਹੀ ਲਗਾ ਲੈਣੇ ਹੋ ਫਿਰ ਤਾਂ ਤੁਹਾਡਾ ਅੱਧਾ ਮਿੰਟ ਵੀ ਨਹੀਂ ਲੱਗੇਗਾ ਪਰ ਜੇਕਰ ਘੰਟੇ 2 ਘੰਟੇ ਵਗਰ ਲਗਾਉਣੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਤਾਂ ਦੋਸਤੋ ਮੈਂ ਤੁਹਾਨੂੰ ਕਿਹਾ ਸੀ ਕਿ ਕਿਸ ਤਰ੍ਹਾਂ ਪਤਾ ਲੱਗੇਗਾ ਸਾਡਾ ਆਨਸਰ ਤਾਂ ਜੇਕਰ ਪਿਤਾਮਾ ਦੀ ਗੱਲ ਕਰੀਏ ਐਡਮ ਸਮੇਤ ਹੈ ਜੇਕਰ ਇਹ ਗਲਤ ਹੋ ਜਾਂਦਾ ਤਾਂ ਥੱਲੇ ਇੱਕ ਬਾਕਸ ਬਣ ਜਾਣਾ ਸੀ ਇੱਥੇ ਇੱਕ ਬਾਕਸ ਬਣ ਜਾਣਾ ਸੀ ਉਸ ਵਿੱਚ ਕੀ ਹੈ ਇਹ ਤਾਂ ਸਹੀ ਆਨਸਰ ਦਿੱਤਾ ਹੋਣਾ ਸੀ ਤਾਂ ਇਸ ਤਰ੍ਹਾਂ ਸਾਰਿਆਂ ਦੇ ਆਨਸਰ ਆ ਜਾਣੇ ਸਨ ਜੇਕਰ ਗਲਤ ਹੁੰਦੇ ਬਟ ਆਪਣੇ ਸਾਰੇ ਆਨਸਰ ਸਹੀ ਹਨ ਤਾਂ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਇਸ ਨੂੰ ਵੱਧ ਵੱਧ ਸ਼ੇਅਰ ਕਰਨਾ ਕਿਉਂਕਿ ਇਸ ਰਾਹੀਂ ਹੀ ਤੁਹਾਡੀ ਪ੍ਰੈਕਟਿਸ ਬਹੁਤ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਵੀਡੀਓ ਤੋਂ ਤੁਸੀਂ ਕਨਸੈਪਟ ਕਲੀਅਰ ਕਰੋਗੇ ਅਤੇ ਜੋ ਸੈੱਟ ਹੋਵੇਗਾ ਇਸ ਤੋਂ ਤੁਸੀਂ ਆਪਣੀ ਪ੍ਰੈਕਟਿਸ ਕਰ ਸਕੋਗੇ ਐਮਸੀਕਿਊ ਦੀ ਅਤੇ ਜੇਕਰ ਹੋ ਸਕੇ ਤਾਂ ਇਕਨੋਮਿਕਸ ਦੀ ਮੈਂ ਕੋਈ ਹੋਰ ਕੁਐਸਚਨ ਬੁੱਕਸ ਵਿੱਚੋਂ ਦੇਖ ਕੇ ਜੋ ਆਏ ਹੋਏ ਹਨ ਉਹ ਮੈਂ ਤੁਹਾਨੂੰ ਦਵਾਂਗਾ ਅਤੇ ਉਸ ਦਾ ਵੀ ਇੱਕ ਸੈੱਟ ਬਣਾ ਕੇ ਤੁਹਾਡੇ ਸਾਹਮਣੇ ਇੱਥੇ ਡਿਸਪਲੇ ਕਰ ਦਵਾਂਗਾ ਅਤੇ ਤੁਸੀਂ ਉਸ ਨੂੰ ਵੀ ਲਗਾ ਸਕੋਗੇ ਸੋ ਥੈਂਕਸ ਫॉर ਵਾਚਿੰਗ ਮਾਈ ਥਿਸ ਵੀਡੀਓ